ਦਿਸ ਪੰਜਾਬ ਯੂਟਿਊਬ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਨੂੰ, ਮਿੱਤਰਾਂ ਨੂੰ, ਭਰਾਵਾਂ ਨੂੰ ਮੇਰੀ ਤਰਫੋਂ ਪਿਆਰ ਭਰਿਆ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਮਿੱਤਰ ਯਾਸਰ ਅਬਦਾਲ ਡੋਗਰ, ਮੇਰੇ ਸਾਥੀ ਸਰਫਰਾਜ਼ ਅਹਿਮਦ, ਨਵੀਦ ਅਬਾਸ। ਵੀਰੋ, ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 327 ਤਹਿਸੀਲ ਬੂਰੇਵਾਲਾ, ਜ਼ਿਲ੍ਹਾ ਵਿਹਾੜੀ। 1947 ਦੀਆਂ ਯਾਦਾਂ ਨੂੰ ਲੈ ਕੇ ਅਸੀਂ ਅੱਜ ਪਹੁੰਚੇ ਹਾਂ ਬਾਬਾ ਲਾਲਦੀਨ ਹੋਰਾਂ ਕੋਲ। ਆਓ ਵੀਰੋ, ਆਪਾਂ ਗੱਲ ਕਰਦੇ ਹਾਂ ਬਾਬਾ ਲਾਲਦੀਨ ਹੋਰਾਂ ਨਾਲ। ਇਹਨਾਂ ਨੇ 1947 ਵੇਲੇ ਜੋ ਆਪਣੀ ਅੱਖਾਂ ਨਾਲ ਵੇਖਿਆ, ਜੋ ਇਹਨਾਂ ਦੀਆਂ ਉਸ ਪਿੰਡ ਦੀਆਂ ਯਾਦਾਂ ਸੀ ਪਿਛਲੇ ਪਿੰਡ ਦੀਆਂ, ਉਹਨਾਂ ਨਾਲ ਸਾਂਝੀਆਂ ਕਰਦੇ ਹਾਂ। ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਉੱਚਾ ਬੋਲਿਓ ਥੋੜ੍ਹਾ ਜਿਹਾ। ਵਾਲੇਕੁਮ ਸਲਾਮ। ਕੀ ਨਾਮ ਆਪਣਾ? ਲਾਲਦੀਨ। ਅਤੇ ਤੁਹਾਡੇ ਅੱਬਾ ਜੀ ਦਾ ਨਾਮ? ਇਬਰਾਹਿਮ। ਇਬਰਾਹਿਮ ਬਾਬਾ ਜੀ, 1947 ਦੀ ਵੰਡ ਵੇਲੇ ਤੁਹਾਡਾ ਪਿਛਲਾ ਪਿੰਡ ਕਿਹੜਾ ਸੀ? ਪਿਛਲਾ ਪਿੰਡ ਸੀਗਾ ਮਿਰਜੇ ਕੀ। ਮਿਰਜੇ ਕੀ। ਤਹਿਸੀਲ? ਤਹਿਸੀਲ ਮੋਗਾ। ਜ਼ਿਲ੍ਹਾ? ਫਿਰੋਜ਼ਪੁਰ। ਅਤੇ ਤੁਹਾਡੇ ਲਾਗੇ ਲਾਗੇ ਪਿੰਡ ਕਿਹੜੇ ਸੀ? ਪਿੰਡ ਸੀਗੇ ਭਾਈਕਾਵਾੜਾ, ਰੌਲੀ, ਆਪਣਾ ਕਲਾਸ, ਸਜਾਦੀ, ਲੁਹਾਮ, ਇਹ ਪਿੰਡ ਸੀਗੇ ਸਾਡੇ। ਇਹ ਤੁਹਾਡੇ ਲਾਗੇ ਪਿੰਡ ਸੀ? ਹਾਂ, ਲਾਗੇ ਲਾਗੇ। ਜਦੋਂ ਵੰਡ ਹੋਈ ਬਾਬਾ ਜੀ, ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਸੀ ਸਾਡੀ 10-12 ਸਾਲ ਦੀ ਉਮਰ। ਅੱਛਾ, ਤੁਹਾਡੀ 10-12 ਸਾਲ ਉਮਰ ਹੈ ਸੀ। ਹਾਂਜੀ। ਜਿਹੜਾ ਪਿੰਡ ਸੀ ਮਿਰਜੇ ਕੀ, ਇਹ ਕਿੱਦਾਂ ਦਾ ਪਿੰਡ ਸੀ? ਛੋਟਾ ਜਿਹਾ ਪਿੰਡ ਸੀਗਾ। ਕਿੰਨੇ ਘਰ ਸੀ? ਹੋਣਗੇ ਵੀ 40 ਕੁ ਘਰ ਹੋਣਗੇ ਸਾਰੇ। ਬਸ। ਹਾਂ, ਇਹ ਜਿਹੜਾ ਮਿਰਜੇ ਕੀ ਪਿੰਡ ਸੀ, ਇਹਦੇ 'ਚ ਮੁਸਲਮਾਨਾਂ ਦੀ ਕਿਹੜੀਆਂ ਬਰਾਦਰੀਆਂ? ਮੁਸਲਮਾਨ ਦੇ ਲੁਹਾਰਾਂ ਦੇ ਘਰ ਸੀ ਦੋ, ਅਤੇ ਜਾਂ ਦੋ ਘਰ ਘੁਮਿਆਰਾਂ ਦੇ ਸੀ। ਅੱਛਾ ਅੱਛਾ, ਤੁਹਾਡੇ? ਹਾਂ। ਅਤੇ ਹੋਰ ਕੌਣ ਸੀ ਮੁਸਲਮਾਨ? ਹੋਰ ਮੋਚੀਆਂ ਦਾ ਘਰ ਸੀ ਇੱਕ। ਅੱਛਾ ਅੱਛਾ। ਹਾਂ, ਯਾਨੀ ਕਿ ਕੰਮ ਕਰਨ ਵਾਲੇ ਬੰਦਿਆਂ ਦੇ ਘਰ ਸੀ? ਹਾਂ, ਕੰਮ ਕਰਨ ਵਾਲੇ। ਜ਼ਮੀਨਾਂ ਵਾਲੇ ਨਹੀਂ ਸੀ? ਨਹੀਂ, ਜ਼ਮੀਨਾਂ ਵਾਲੇ ਕੋਈ ਨਹੀਂ ਸੀ। ਅਤੇ ਹੋਰ ਜਿਹੜੇ ਤੁਸੀਂ ਉੱਥੇ ਕਿਸੇ ਸਿੱਖਾਂ ਦੇ ਨਾਂ ਚੇਤੇ ਤੁਹਾਨੂੰ, ਜਿਹੜੇ ਤੁਹਾਨੂੰ ਜਾਣਨ ਵਾਲੇ? ਜਾਣਨ ਵਾਲੇ ਸਾਨੂੰ ਉਹ ਮੁੱਖ ਗਏ ਹੋਣੇ ਆ। ਨਹੀਂ, ਮੁੱਕ ਗਏ ਹੁਣ ਭਲਾ। ਅੱਛਾ। ਹਾਂ, ਸੇਵਾ ਸਿੰਘ ਸੀ। ਹਾਂ, ਗੁਰਦੁਆਰੇ 'ਚ ਰਹਿੰਦਾ ਸੀ। ਅੱਛਾ। ਅੱਖਾਂ ਤੋਂ ਮੈਨੂੰ ਅੱਖਾਂ ਸੀ, ਉਹ ਆਉਂਦਾ ਜਾਂਦਾ ਸੀ, ਅਸੀਂ ਉਹਨੂੰ ਜਾਣਦੇ ਹਾਂ। ਹੋਰ ਕਾਲਾ ਸਿਉਂ? ਅਤੇ ਹੋਰ ਜਗਰਾਤ। ਜਗਰਾਜ? ਜਗਰਾਜ। ਹਾਂ, ਹੋਰ? ਹੋਰ ਹੁਣ ਚੇਤਾ ਨਹੀਂ ਮੈਨੂੰ, ਭੁੱਲੇ ਭੱਲੇ ਪਏ। ਅਤੇ ਹੋਰ ਦਾ ਨਾਂ ਲੈਂਦੇ ਸੀ ਤੁਸੀਂ? ਅਮਰ। ਅਮਰ ਹਰੀ। ਅੱਛਾ ਅੱਛਾ, ਅਮਰ ਹਰੀ। ਅਮਰ ਹਰੀ। ਤੁਹਾਡੇ ਗੁਆਂਢੀ ਕਿਹੜੇ ਸੀ? ਗੁਆਂਢੀ ਇਹੋ ਹੀ ਸੀ ਸਾਡੇ। ਕਿਹੜੇ ਕਿਹੜੇ? ਗੁਆ, ਅਮਰ ਅਤੇ ਹਰੀ। ਅੱਛਾ ਅੱਛਾ। ਹਾਂ, ਹੋਰ ਕੌਣ ਸੀ? ਮਾਂ ਦਾ ਉਹਦਾ ਨਾਂ ਸੀ ਵਿਸ਼ਨੂੰ। ਵਿਸ਼ਨੂੰ ਦੇ? ਵਿਸ਼ਨੂੰ। ਅੱਛਾ ਅੱਛਾ। ਤੇ ਨੰਬਰਦਾਰਾਂ ਦਾ ਕਿਸੇ ਨਾਂ ਚੇਤੇ? ਕਿਸ਼ਨਾ ਜੱਟ ਸੀ। ਕਿਸ਼ਨਾ? ਕਿਸ਼ਨਾ। ਅੱਛਾ ਅੱਛਾ। ਹਾਂ, ਨੰਬਰਦਾਰਾਂ ਦਾ ਨਾਂ ਚੇਤੇ? ਪਿੰਡ ਦੇ ਨੰਬਰਦਾਰ ਹੁੰਦੇ ਨੇ? ਨੰਬਰਦਾਰ ਉਹ ਹੀ ਕਾਲਾ ਸਿੰਘ ਸੀ। ਕਾਲਾ ਸਿੰਘ ਨੰਬਰਦਾਰ? ਇੱਕ ਨਰਾਇਣ ਸਿੰਘ ਸੀ, ਇੱਕ ਕਾਲਾ ਸਿੰਘ ਸੀ। ਦੋ ਨੰਬਰਦਾਰ? ਦੋ ਨੰਬਰਦਾਰ ਸੀ। ਦੋ ਨੰਬਰਦਾਰ ਸੀ ਪਿੰਡ ਦੇ। ਹਾਂਜੀ। ਤੇ ਮਸੀਤ ਹੈ ਸੀ ਮੁਸਲਮਾਨਾਂ ਦੀ? ਨਹੀਂ, ਮਸੀਤ ਹੈ ਨਹੀਂ ਸੀ, ਗੁਰਦੁਆਰਾ ਸੀਗਾ। ਗੁਰਦੁਆਰਾ ਉਹ ਕਿਹੜੇ ਪਾਸੇ ਸੀ? ਉਹ ਸਾਡੇ ਬਾਰ ਦੇ ਅੱਗੇ ਸੀ। ਤੁਹਾਡੇ ਘਰ ਦੇ ਸਾਹਮਣੇ? ਘਰ ਦੇ ਨਜ਼ਦੀਕ ਸੀ, ਸਾਹਮਣੇ। ਹਾਂ, ਗੁਰਦੁਆਰਾ ਸੀ ਸਿੱਖਾਂ ਦਾ। ਅਤੇ ਤੁਹਾਡਾ ਰਹਿਣ ਸਹਿਣ ਕਿਵੇਂ ਸੀ ਮੁਸਲਮਾਨਾਂ ਦਾ ਅਤੇ ਸਿੱਖਾਂ ਦਾ ਉਸ ਵੇਲੇ? ਹਾਂ, ਤੁਹਾਡੇ ਨਾਲ ਠੀਕ ਵਰਤਾਓ ਸੀ? ਹਾਂ ਹਾਂ, ਪਹਿਲਾਂ ਸਹੀ ਵਰਤਦੇ ਸੀ। ਹਾਂ ਹਾਂ। ਅਤੇ ਬਾਅਦ 'ਚ ਫਿਰ ਜਿਹੜੀ ਨਵੀਂ ਪਾਰਟੀ ਉੱਠੀ ਸੀ, ਮਾਰਨ ਤਾਂ ਉਹ ਲੱਗੇ ਸੀ ਨਾ, ਸਿਆਣੇ ਬੰਦੇ ਤਾਂ ਨਾ ਮਾਰਦੇ ਸੀ, ਮੰਡੀਰ ਜਿਹੜੀ ਸੀਗੀ ਉਹ ਮਾਰਦੇ ਸੀ। ਖੂਹ ਹੈ ਸੀ ਤੁਹਾਡੇ ਪਿੰਡ? ਹਾਂ, ਖੂਹ ਸੀਗੇ। ਕਿਹੜੇ ਪਾਸੇ? ਖੂਹ ਇੱਕ ਚੜ੍ਹਦੇ ਪਾਸੇ, ਇੱਕ ਲਹਿੰਦੇ ਪਾਸੇ, ਚਾਰ ਚਫੇਰੇ ਖੂਹ ਸੀਗੇ। ਖੂਹਾਂ ਦੇ ਬਾਈ ਖੂਹਾਂ 'ਤੇ ਸੀ, ਬਰਾਨੀ ਇਲਾਕਾ। ਨਹਿਰੀ ਪਾਣੀ ਨਹੀਂ ਹੈ ਸੀ? ਨਹੀਂ, ਨਹਿਰੀ ਪਾਣੀ ਹੀ ਨਹੀਂ ਸੀ। ਖੂਹਾਂ ਦੇ ਨਾਂ 'ਚ ਇੱਥੇ ਵੀ ਕਿਹਦੇ ਕਿਹਦੇ ਵਾਲਾ ਖੂਹ ਸੀ? ਨਹੀਂ, ਇਹ ਨਹੀਂ ਮੈਨੂੰ ਪਤਾ। ਜ਼ਮੀਨਾਂ 'ਚ ਵੀ ਖੂਹ ਹੈ ਸੀ? ਹੈਂ, ਜ਼ਮੀਨਾਂ 'ਚ ਵੀ ਖੂਹ? ਹਾਂ, ਜ਼ਮੀਨਾਂ 'ਚ ਹੀ ਸੀ ਨਾ। ਪਿੰਡ 'ਚ ਨਹੀਂ ਖੂਹ ਹੈ ਸੀ? ਨਹੀਂ, ਪਿੰਡ ਦੇ ਵਿੱਚ ਹੈ ਨਹੀਂ ਸੀ ਖੂਹ। ਪਿੰਡ ਦੇ ਵਿੱਚ ਉੱਥੇ ਗੁਰਦੁਆਰੇ ਦੇ ਵਿੱਚ ਖੂਹ ਹੀ ਸੀਗੀ, ਇੱਕ ਪਾਸੇ ਮੁਸਲਮਾਨ ਭਰਦੇ ਸੀ, ਇੱਕ ਪਾਸੇ ਹਿੰਦੂ ਭਰਦੇ ਸੀ। ਅੱਛਾ, ਸਿੱਖ। ਹਾਂ। ਹੋਰ ਕਿਸੇ ਦਾ ਕੋਈ ਨਾਂ ਚੇਤੇ ਹੋਵੇ ਆਉਂਦਾ ਹੋਵੇ ਪਿੰਡ 'ਚ? ਪੜ੍ਹਨ ਜਾਂਦੇ ਸੀ ਤੁਸੀਂ? ਹੈ, ਪੜ੍ਹਨ? ਅਸੀਂ? ਹਾਂ। ਕਿੱਥੇ ਸਕੂਲ ਹੈ ਸੀ ਤੁਹਾਡੇ ਪਿੰਡ? ਨਹੀਂ, ਸਕੂਲ ਕਿਹੜੇ? ਸਕੂਲ ਕਲਾਸ ਸੀਗਾ। ਕਲਾਸ 'ਚ? ਕਲਾਸ ਪੜ੍ਹਦੇ ਸੀ, ਉੱਥੇ ਜਵਾਕ ਪਹੁੰਚਾਉਂਦੇ ਸੀ ਪੜ੍ਹਨ, ਐਵੇਂ ਥੋੜ੍ਹੀ ਜਿਹੀ ਵਾਟ 'ਤੇ ਜਿਵੇਂ ਆਪਾਂ ਪਹੁੰਚੀ ਆ ਜਿਵੇਂ। ਅੱਛਾ ਅੱਛਾ। ਹਾਂ, ਉੱਥੇ ਪੜ੍ਹਨ ਜਾਂਦੇ ਸੀ ਜਵਾਕ। ਅੱਛਾ ਅੱਛਾ। ਅਤੇ ਹੋਰ ਉਸ ਪਿੰਡ ਦੇ ਵਿੱਚ ਕੋਈ ਮੇਲਾ ਲੱਗਦਾ ਸੀ? ਨਹੀਂ, ਕਲਾਸ ਹੀ ਮੇਲਾ ਲੱਗਦਾ ਸੀ।
ਅੱਛਾ ਕਲਾਸ ਚ ਮੇਲਾ ਲੱਗਦਾ ਹਾਂ ਕਲਾਸ ਕਿਹਦਾ ਲੱਗਦਾ ਮੁਸਲਮਾਨਾਂ ਪਿੰਡ ਸੀ ਉਹ ਹਾਂ ਰਜਪੂਤਾਂ ਦਾ ਹਾਂ ਸਾਰੇ ਨੌਕਰੀ 'ਤੇ ਸੀ ਉੱਥੇ ਮੇਲਾ ਲੱਗਦਾ ਸੀਗਾ ਅੱਛਾ ਅੱਛਾ ਹਾਂ ਇਹ ਜਿਹੜਾ ਪਿੰਡ ਸੀ ਮਿਰਜੇ ਕੀ ਇਹਦਾ ਨਾਂ ਕਿਵੇਂ ਪਿਆ ਮਿਰਜੇ ਕੀ ਅੱਲਾ ਜਾਣੇ ਕਿਵੇਂ ਪਿਆ ਕਿਵੇਂ ਇਹ ਤੁਹਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਅੱਛਾ ਅੱਛਾ ਤੁਹਾਡੀ ਸੁਰਤ ਤਾਂ ਮਿਰਜੇ ਕੀ ਹੈ ਸਾਡੀ ਸੁਰਤ ਇੱਥੇ ਹੋਈ ਹੈ ਹੋਰ ਪਿੰਡ ਚੌਕ ਹੁੰਦੇ ਆ ਜਿੱਦਾਂ ਹਾਂ ਚੌਕ ਸੀਗਾ ਪਿੰਡ ਦੇ ਵਿੱਚ ਹਾਂ ਹਾਂ ਧਰਮਸ਼ਾਲਾ ਆਇਆ ਸੀ ਹਾਂ ਧਰਮਸ਼ਾਲਾ ਜਿੱਦਾਂ ਬਣੀਆਂ ਹੁੰਦੀਆਂ ਹਾਂ ਧਰਮਸ਼ਾਲ ਉਹ ਸਾਡੇ ਬਾਹਰ ਦੇ ਅੱਗੇ ਸੀ ਧਰਮਸ਼ਾਲ ਤਾਂ ਅੱਛਾ ਅੱਛਾ ਹਾਂ ਅਤੇ ਗੁਰਦੁਆਰਾ ਉਹੋ ਹੀ ਗੁਰਦੁਆਰਾ ਕਹਿੰਦੇ ਉੱਥੇ ਨੂੰ ਧਰਮਸ਼ਾਲਾ ਕਹਿੰਦੇ ਅੱਛਾ ਅੱਛਾ ਨਹੀਂ ਧਰਮਸ਼ਾਲਾ ਕਹਿੰਦੇ ਉਹ ਲਹਿਦਾ ਹੁੰਦੀ ਹੈ ਨਹੀਂ ਨਹੀਂ ਇਹੋ ਹੀ ਸੀ ਇਹ ਨਾ ਇੱਕੋ ਥਾਂ ਸੀ ਅੱਛਾ ਅੱਛਾ ਤੁਹਾਡਾ ਘਰ ਅਮਰ ਹੋਰਾਂ ਦੇ ਹਾਂ ਕੋਲੇ ਸੀ ਕੋਲੇ ਸੀ ਹਾਂ ਇਹਨਾਂ ਦੀਆਂ ਵੀ ਬਾਬਾ ਜਿਵੇਂ ਬਰਾਦਰੀਆਂ ਹੁੰਦੀਆਂ ਸਿੱਖਾਂ 'ਚ ਵੀ ਬਰਾਦਰੀਆਂ ਐਸੀ ਇਵੇਂ ਹਾਂ ਸਿੱਖਾਂ ਦੀਆਂ ਬਰਾਦਰੀਆਂ ਸੀ ਕੋਈ ਨਾਂ 'ਚ ਬਰਾਦਰੀ ਦਾ ਚੇਤੇ ਅੱਛਾ ਜਦੋਂ ਵੰਡ ਹੋਈ ਹੈ 1947 ਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਜਾਣਾ ਪਊਗਾ ਸਾਨੂੰ ਇੱਥੋਂ ਮੁਸਲਮਾਨਾਂ ਨੂੰ ਜਾਣਾ ਦੁਨੀਆਂ ਨੂੰ ਇੱਦਾਂ ਹੀ ਪਤਾ ਸੀਗਾ ਵੀ ਨਿਕਲ ਜਾਵਾਂਗੇ ਚਾਰ ਦਿਨ ਕੱਟ ਰੋਗਾ ਪੈ ਜੂਗਾ ਫਿਰ ਮੁੜ ਕੇ ਘਰ ਆ ਜਾਣਗੇ ਅਤੇ ਪਿੰਡ ਵਾਲਿਆਂ ਨੇ ਤੁਹਾਨੂੰ ਰੋਕਿਆ ਨਹੀਂ ਵੀ ਤੁਸੀਂ ਰਹਿ ਪਓ ਨਾ ਹਾਂ ਪਿੰਡ ਵਾਲਿਆਂ ਨੇ ਤਾਂ ਪਿੰਡ ਵਾਲੇ ਤਾਂ ਮਾਰਦੇ ਸੀਗੇ ਉਹ ਤਾਂ ਸਾਨੂੰ ਪਿੰਡ ਵਾਲੇ ਤਾਂ ਫਿਰ ਭਾਈਕੇਵਾੜੇ ਵਾਲੇ ਲੈ ਆਏ ਉਹ ਸਾਨੂੰ ਰਹਿਣ ਦਿੰਦੇ ਸੀ ਫਿਰ ਮਿਲਟਰੀ ਗਈ ਮਿਲਟਰੀ ਕਹਿਣ ਲੱਗੀ ਤੁਸੀਂ ਇੱਥੇ ਰਹਿ ਨਹੀਂ ਸਕਦੇ ਅਤੇ ਚਲੋ ਵਾੜੇ ਵਾੜਾ ਭਾਈਕਾ ਵਾੜਾ ਸੀਗਾ ਉੱਥੋਂ ਫਿਰ ਸਾਨੂੰ ਮਿਲਟਰੀ ਲਿਆਈ ਉੱਥੇ ਤੁਸੀਂ ਕਿਹਨਾਂ ਕੋਲ ਰਹਿੰਦੇ ਸੀ ਉੱਥੇ ਘਰ ਸੀਗੇ ਜਿਹੜੇ ਛੱਡ ਕੇ ਆਏ ਮੁਸਲਮਾਨ ਨਿਕਲੇ ਆਏ ਸੀਗੇ ਲੋਕ ਵੱਡਾ ਟੁੱਕੀ 'ਚ ਨਿਕਲੇ ਆਏ ਸੀ ਉਹ ਘਰ ਖਾਲੀ ਸੀਗੇ ਉਹਨਾਂ ਘਰਾਂ 'ਚ ਮੋਚੀਆਂ ਦੇ ਘਰਾਂ 'ਚ ਰਹਿੰਦੇ ਸੀ ਅਤੇ ਤੁਹਾਨੂੰ ਰੱਖਿਆ ਕਿਹਨਾਂ ਨੇ ਸੀ ਉੱਥੇ ਜੱਟ ਹੀ ਲਿਆਏ ਸੀ ਜੱਟ ਹੀ ਲਿਆ ਹਾਂ ਇੱਕ ਪਾਸੇ ਪਿੰਡ ਵਾਲੇ ਦੁਸ਼ਮਣ ਬਣ ਗਏ ਹਾਂ ਅਤੇ ਦੂਸਰੇ ਪਿੰਡ ਵਾਲੇ ਜਿਹੜੇ ਸੀਗੇ ਗੱਡਾ ਜੋੜ ਕੇ ਸਮਾਨ ਸਾਡਾ ਲੱਦ ਕੇ ਇੱਥੇ ਲਿਆਏ ਇੱਥੇ ਲਿਆਏ ਉਹਨਾਂ ਨੇ ਤੁਹਾਡੇ ਨਾਲ ਭਾਈਚਾਰਾ ਠੀਕ ਸੀ ਉਹ ਪਿੰਡ ਵਾਲਿਆਂ ਦਾ ਮਾਲ ਪਸ਼ੂ ਵੀ ਸਾਡਾ ਉਹ ਹੀ ਲਿਆਏ ਆ ਉਹਨਾਂ 'ਚੋਂ ਨਾਂ ਚੇਤੇ ਕਿਸੇ ਦਾ ਜਿਹੜਾ ਬੰਦਾ ਤੁਹਾਨੂੰ ਲੈ ਕੇ ਆਇਆ ਨਹੀਂ ਕਿਸੇ ਦਾ ਨਾਂ ਨਾਂ ਨਹੀਂ ਚੇਤੇ ਮੈਨੂੰ ਅੱਛਾ ਉੱਥੇ ਕਿੰਨੇ ਦਿਨ ਰਹੇ ਤੁਸੀਂ ਉੱਥੇ ਅਸੀਂ ਰਹੇ 3 ਮਹੀਨੇ ਵਾੜੇ ਭਾਈ ਕੇ ਹਾਂ ਅਸੀਂ ਸਿਆਲ 'ਚ ਆਏ ਹਾਂ ਇਹ ਤਾਂ ਸੁੱਕ ਉੱਤੇ ਜਿਵੇਂ ਲੋਟੀ ਤਾਂ ਪਈ ਸੀਗੀ ਅਤੇ ਅਸੀਂ 3 ਮਹੀਨੇ ਬਾਅਦ 'ਚ ਆਏ ਫਿਰ ਮਿਲਟਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਮਿਲਟਰੀ ਮਿਲਟਰੀ ਮੁਸਲਮਾਨਾਂ ਨੂੰ ਕੱਢਦੀ ਸੀ ਲਿਆਉਂਦੀ ਸੀ ਨਾ ਅਤੇ ਡੋਗਰਾਂ ਦੀ ਮਿਲਟਰੀ ਵੀ ਗਈ ਅਸੀਂ ਕਿ ਨਹੀਂ ਜਾਣਾ ਡੋਗਰਾਂ ਦੀ ਮਿਲਟਰੀ ਗਈ ਉਹ ਉਹਨਾਂ ਨੂੰ ਇੱਦਾਂ ਖਤਰਾ ਸੀ ਵੀ ਡੋਗਰਾਂ ਦੀ ਮਿਲਟਰੀ ਡੋਗਰੇ ਸੀ ਕਿ ਮਾਰਦੇ ਸੀ ਲਿਜਾ ਕੇ ਮਾਰ ਦਿੰਦੇ ਸੀ ਅਸੀਂ ਕਿਹਾ ਅਸੀਂ ਨਹੀਂ ਜਾਣਾ ਸਾਡੇ ਬਾਪ ਨੇ ਕਿਹਾ ਵੀ ਅਸੀਂ ਨਹੀਂ ਜਾਣਾ ਭਾਈ ਫਿਰ ਮੁਸਲਮਾਨਾਂ ਦੀ ਮਿਲਟਰੀ ਗਈ ਅਤੇ ਉਹ ਲਿਆਈ ਸਾਨੂੰ ਫਿਰ ਉਹਨਾਂ ਨੇ ਕਿੱਥੇ ਛੱਡਿਆ ਤੁਹਾਨੂੰ ਉਹ ਸਾਨੂੰ ਛੱਡਿਆ ਛਾਉਣੀ ਫਿਰੋਜ਼ਪੁਰ ਅੱਛਾ ਫਿਰ ਫਿਰੋਜ਼ਪੁਰ ਛਾਉਣੀ 'ਚ ਛੱਡਿਆ ਉੱਥੇ ਰਹੇ ਅਸੀਂ 3 ਦਿਨ ਛਾਉਣੀ 'ਚ 3 ਦਿਨਾਂ ਬਾਅਦ ਫਿਰ ਜਨਾਬ ਸਾਨੂੰ ਇੱਥੇ ਬਾਰਡਰ 'ਤੇ ਛੱਡ ਗਏ ਫਿਰ ਤੁਸੀਂ ਇਸ ਪਿੰਡ ਹਾਂ ਬਾਰਡਰ 'ਤੇ ਛੱਡ ਕੇ ਸਾਨੂੰ ਕਸੂਰ ਛੱਡ ਗਏ ਸਾਨੂੰ ਕਹਿੰਦੇ ਵੀ ਉਹ ਕਸੂਰ ਆ ਅਤੇ ਆ ਮੁਸਲਮਾਨ ਆ ਸਾਰੇ ਹੁਣ ਹਿੰਦੂ ਹੋਏ ਨਹੀਂ ਗੇ ਡਰੋ ਖੁਸ਼ੀ ਜਾਓ ਉੱਥੋਂ ਫਿਰ ਅਸੀਂ 6 ਦਿਨ ਰਹੇ ਹਾਂ ਕਸੂਰ ਉੱਥੇ ਸਾਡਾ ਸਾਨੂੰ ਮਾਲ ਪਸ਼ੂ ਸੀਗਾ ਉੱਥੇ ਫਿਰ ਸ਼ਹਿਰ ਦਾ ਮਾਲ ਸੀਗਾ ਉੱਥੇ ਪੱਠੇ ਤੱਥੇ ਦਾ ਕੋਈ ਨਹੀਂ ਬਣਦਾ ਸੀ ਫਿਰ ਅਸੀਂ ਪੱਕੇ ਰਾੜੇ ਵਾਲੇ ਆ ਗਏ ਪੱਕੇ ਰਾੜੇ ਵਾਲੇ 8-10 ਦਿਨ ਰਹੇ ਅਸੀਂ ਉੱਥੇ ਗੁਰਦੁਆਰਾ ਸੀ ਸਿੱਖਾਂ ਦਾ ਉਹਦੇ ਵਿੱਚ ਉੱਥੋਂ ਫਿਰ ਜਨਾਬ ਨਿਕਲਦੇ ਇੱਥੇ ਮਲਕਾਸ ਆ ਗਏ ਅਸੀਂ ਫਿਰ ਰਹਿ ਸਾਡੀ ਮਲਕਾਸ ਰਹੀ ਹੈ ਪਾਕ ਪਤਨ ਹਾਂ ਪਾਕ ਪਤਨ ਹਾਂ ਬਾਬਾ ਜੀ ਪਿੰਡ ਵੇਖਣ ਨੂੰ ਦਿਲ ਕਰਦਾ ਮਿਰਜੇ ਕੀ ਜਿੱਥੇ ਜੰਮ ਪਲ ਸੀ ਤੁਹਾਡਾ ਹਾਂ ਯਾਦ ਤਾਂ ਕਰਦਾ ਪਰ ਹੁਣ ਕੀ ਕਰੀਏ ਆਪਣੇ ਨਹੀਂ ਨਜ਼ਰ ਆਉਂਦਾ ਅੱਛਾ ਅੱਛਾ ਅਤੇ ਹੋਰ ਤੁਹਾਨੂੰ ਕੋਈ ਪਿੰਡ ਦੀ ਗੱਲਬਾਤ ਚੇਤੇ ਹੋਵੇ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਮੁਸਲਮਾਨਾਂ ਦਾ ਆਪਸ ਮੇਂ ਜਾਂ ਨਹੀਂ ਕੋਈ ਝਗੜਾ ਕੋਈ ਝਗੜ ਪਹਿਲਾਂ ਕੋਈ ਝਗੜਾ ਨਹੀਂ ਸੀ ਅੱਛਾ ਪਹਿਲਾਂ ਭਾਈਆਂ ਤਾਂ ਰਹੇ ਰਹਿੰਦੇ ਹਾਂ ਕੋਈ ਤਾਂ ਝਗੜਾ ਨਹੀਂ ਸੀ ਬਾਅਦ ਫਿਰ ਜਦੋਂ ਲੋਟੀ ਪੈ ਗਈ ਆ ਇਹ ਵੱਡਾ ਟੁਕੀ ਹੋ ਗਈ ਆ ਬਾਅਦ 'ਚ ਵੀ ਅਸੀਂ 3 ਮਹੀਨੇ ਰਹੇ ਹਾਂ ਨਾ ਬਾਅਦ 'ਚ ਅਮਨ ਚੈਨ ਹੋ ਗਏ ਸੀਗੇ ਫਿਰ ਤੁਸੀਂ ਆਪਦੇ ਪਿੰਡ ਨਹੀਂ ਗਏ 3 ਮਹੀਨੇ ਨਾ ਨਾ ਅਸੀਂ ਬਾਹਰ 'ਚ ਕਾਹਦਾ ਜਾਣਾ ਸੀ ਫਿਰ ਅੱਛਾ ਅੱਛਾ ਹਾਂ ਸਾਡੀ ਅੱਜ ਦੀ ਸਟੋਰੀ ਬਾਬਾ ਲਾਲ ਦੀਨ ਨਾਲ ਜਿਨ੍ਹਾਂ ਦਾ ਪਿਛੋਕੜ ਵਾਲਾ ਪਿੰਡ ਮਿਰਜੇ ਕੀ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਸੀ ਅਤੇ ਬਾਬਾ ਜੀ ਹੋਰਾਂ ਨੇ ਜਿੰਨੀ ਉਹਨਾਂ ਦੀ ਯਾਦ ਸੀ ਜੋ ਉਹਨਾਂ ਨੇ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਉਮੀਦ ਕਰਦਾ ਤੁਹਾਨੂੰ ਪਸੰਦ ਆਊਗੀ ਅਤੇ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ